ਅਗਰ ਤੁਸੀਂ ਯੂਕੇ ਪੜਨ ਜਾਣਾ ਚਾਹੁੰਦੇ ਹੋ ਯੂਕੇ ਵੀਆਈ ਆਇਲਸ ਦੇ ਨਾਲ ਜਿਹਦੇ ਵਿੱਚ ਓਵਰঅল ਸਾਡੇ ਪਰ ਬੈਂਡ 5 ਇਚ ਜਾਂ ਫਿਰ ਯੂਕੇ ਵੀਆਈ ਪੀਟੀ ਕੀਤਾ 43 ਸਕੋਰ ਇਚ ਨੇ ਤਾਂ ਇਹ ਵੀਡੀਓ ਤੁਹਾਡੇ ਲਈ ਘੱਟ ਸਕੋਰ ਦੇ ਉੱਤੇ ਕਿਵੇਂ ਯੂਕੇ ਪੜਨ ਜਾਇਆ ਜਾ ਸਕਦਾ ਇੱਕ ਲਾਸਟ ਮੌਕਾ ਦੇ ਰਿਹਾ ਜਿਹਦੇ ਨਾਲ ਯੂਕੇ ਪੜ ਕੇ ਇੱਕ ਚੰਗਾ ਫਿਕ ਬਹਿ ਜਾ ਸਕਦਾ ਉਮੀਦ ਕਰਦਾ ਵੀਡੀਓ ਚੰਗੀ ਲੱਗੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਖਚੈਨ ਰਾਹੀ ਆਰਐਸ ਗਲੋਬਲ ਇਮੀਗ੍ਰੇਸ਼ਨ ਤੋਂ ਹਰ ਵਾਰ ਯੂਕੇ ਦੀਆਂ ਨਵੀਆਂ ਅਪਡੇਟ ਤੁਹਾਡਾਂ ਨਾਲ ਸਾਂਝੀਆਂ ਕਰਦਾ ਹਾਂ ਅਲੱਗ-ਅਲੱਗ ਯੂਨੀਵਰਸਿਟੀਆਂ ਕੁਝ ਯੂਨੀਕ ਆਪਸ਼ਨ ਤੁਹਾਡੇ ਰਿਸਰਚ ਕਰਕੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਤਾਂ ਕਿ ਤੁਸੀਂ ਉਸ ਵੀਡੀਓ ਦਾ ਫਾਇਦਾ ਉਠਾ ਕੇ ਉਸ ਆਪਸ਼ਨ ਅਵੇਲ ਕਰਕੇ ਆਪਣੇ ਭਵਿੱਖ ਸੰਬੰਧੀ ਇੱਕ ਸਹੀ ਡਿਸੀਜਨ ਲੈ ਸਕੋ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ 2021 ਪਾਸ ਆਊਟ ਸਟੂਡੈਂਟ ਜਿਨਨੇ 12ਵੀਂ ਕੀਤੀ ਹੈ ਘੱਟੋ-ਘੱਟ 50% ਨੰਬਰ ਨਾਲ ਕਿੰਨੇ ਨੰਬਰ 50% ਕੇਵਲ 50% ਨੰਬਰ 2 2021 ਔਨਵਰਡ UKVI IELTS ਕੀਤਾ 5.5 ਓਵਰ올 5 ਇਚ ਜਾਂ ਫਿਰ UKVI PTE ਕੀਤਾ ਕਟੋਕਟ 43 ਸਕੋਰ 43 ਇਚ 43 ਇਚ ਤੁਸੀਂ UK ਪੜਨ ਜਾ ਸਕਦੇ ਹੋ ਇੰਨੇ ਘੱਟ ਸਕੋਰ ਦੇ ਨਾਲ ਆਪਸ਼ਨ ਇੱਕੋ ਥਾਂ ਦੇ ਵਿੱਚ अवेलेबल ਹੈ ਲੰਡਨ ਦੇ ਲਾ ਕੇ ਆਪਸ਼ਨ ਹੈ ਅਗਰ ਇਹ ਆਪਸ਼ਨ ਵੇਲ ਕਰਨਾ ਚਾਹੁੰਦੇ ਹੋ ਫਿਰ ਡਿਲੇ ਨਾ ਕਰਿਓ ਵੀਡੀਓ ਵੱਧ ਵੱਧ ਉਹਨਾਂ ਬੱਚਿਆਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਜਿੰਨੂੰ ਵਾਕਈ ਇਹਦੀ ਲੋੜ ਹੈ ਜਿਹੜਾ ਵਾਕਏ ਘੱਟ ਪੀਟੀ ਸਕੋਰ ਘੱਟ ਯੂਕੇ ਵੀਆਲ ਸਕੋਰ ਨਾਲ ਯੂਕੇ ਪੜਨ ਜਾਣਾ ਚਾਹੁੰਦਾ ਕਿਉਂਕਿ ਬਾਕੀ ਸਾਰੇ ਯੂਨੀਵਰਸਿਟੀ ਰਿਕੁਆਇਰਮੈਂਟ ਜਿਹੜੀ ਹੈ ਥੈਟ ਇਜ਼ 59 ਓਵਰ올 55 ਇਚ ਇਸ ਤੋਂ ਇਲਾਵਾ ਯੂਕੇ ਵਿਦਆਊਟ ਆਲਸ ਪੜਨ ਜਾਣਾ ਚਾਹੁੰਦੇ ਹੋ ਸੀਬੀਐਸਸੀ ਪੜਿਓ 60% ਤੋਂ ਉੱਪਰ ਨੰਬਰ ਹੈ ਗ੍ਰੈਜੂਏਸ਼ਨ ਕੀਤੀ ਮਾਸਸ ਨਾਲ ਸਪਾਊਸ ਲੈ ਕੇ ਜਾਣਾ ਚਾਹੁੰਦੇ ਹੋ ਬੱਚੇ ਲਾ ਕੇ ਜਾਣਾ ਚਾਹੁੰਦੇ ਹੋ ਹਾਲੇ ਵੀ ਕਾਨੂੰਨ ਬਦਲਣ ਲਈ ਸਮਾਂ ਹੈ ਹੋ ਸਕਦਾ ਕਾਨੂੰਨ ਜੁਲਾਈ ਚ ਬਦਲਣ ਅਗਸਤ ਬਦਲਣ ਬਟ ਬਦਲਨੇ ਜ਼ਰੂਰ ਹੈ ਸਪਾਊਸ ਕੇਸ ਵਿੱਚ ਬਦਲਾਅ ਜ਼ਰੂਰ ਆਏਗਾ ਪੋਸਟ ਸਟੱਡੀ ਵਰਕ ਵੀਜ਼ੇ ਵਿੱਚ ਬਦਲਾਅ ਜ਼ਰੂਰ ਆਏਗਾ ਮੇਰੀਆਂ ਦੋ ਗੱਲਾਂ ਪੱਲੇ ਬੰਨ ਲਿਓ ਅੱਜ ਤੱਕ ਤੁਸੀਂ ਮੇਰਾ YouTube ਚੈਨਲ ਫਰੋਲ ਕੇ ਵੇਖ ਲਓ ਜਦੋਂ ਜਦੋਂ ਕੋਈ ਭਵਿੱਖਬਾਣੀ ਕੀਤੀ ਹੈ ਜਦੋਂ ਜਦੋਂ ਮੈਂ ਕੋਈ ਫੋਰਕਾਸਟਿੰਗ ਕੀਤੀ ਕਿ ਇਹਦੇ ਚ ਆ ਹੋ ਸਕਦਾ 100% 100 ਫੀਸ ਦੀ ਗੱਲ ਸੱਚੀ ਹੋਈ ਹੈ ਬਦਲਾਅ ਚੇਂਜਸ ਜ਼ਰੂਰ ਆਉਣੇ ਨੇ ਇਲੈਕਸ਼ਨਸ ਤੋਂ ਪਹਿਲਾਂ ਪਹਿਲਾਂ ਆਉਣੇ ਨੇ ਅਗਲੇ ਸਾਲ ਇਲੈਕਸ਼ਨਸ ਦਾ ਉੜ ਇਲੈਕਸ਼ਨ ਦੇ ਵਿੱਚ ਇਹ ਦੋ ਮੇਜਰ ਪੁਆਇੰਟ ਰੱਖੇ ਜਾਣਗੇ ਪਹਿਲਾ ਸਪਾਊਸ ਨੂੰ ਨਾਮ ਲੈ ਕੇ ਓਨਲੀ ਕੋਈ ਨਾ ਕੋਈ ਨਵਾਂ ਇਹੋ ਜਿਹਾ ਲਾਅ ਪਾਸ ਕਰਨਾ ਦੂਜਾ ਜਿਹੜਾ ਪੜਾਈ ਤੋਂ ਬਾਅਦ 2 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਆ ਉਹਦੇ 'ਚ ਬਦਲਾਵ ਕਰਨਾ ਪਰ ਬੱਚੇ ਕਨਫਿਊਜ਼ ਆ ਕਿ ਜੇ ਮੈਂ ਅੱਜ ਅਪਲਾਈ ਕਰ ਰਿਹਾ ਕੱਲ ਨੂੰ ਕਾਨੂੰਨ ਬਦਲੋ ਕਿ ਫਰਕ ਪਏਗਾ ਕਿ ਨਹੀਂ ਪਏਗਾ ਉਹਨਾਂ ਨੂੰ ਕੋਈ ਫਰਕ ਨਹੀਂ ਅਗਰ ਤੁਸੀਂ ਵੀਜ਼ਾ ਲੈ ਕੇ ਜਾ ਚੁੱਕੇ ਹੋ ਜਾਂ ਜਾ ਰਹੇ ਹੋ ਵੀਜ਼ਾ ਲੱਗ ਚੁੱਕਿਆ ਕਾਨੂੰਨ ਤੁਹਾਡੇ ਤੇ ਫਰਕ ਨਹੀਂ ਪਏਗਾ ਪਰ ਜੇ ਤੁਸੀਂ ਵੀਜ਼ਾ ਅਪਲਾਈ ਕੀਤਾ ਹਲੇ ਤੁਸੀਂ ਫਾਈਲ ਹਲੇ ਅਪਲਾਈ ਕੀਤੀ ਐ ਆਫਰ ਲੈਟਰ ਅਪਲਾਈ ਕੀਤੀ ਆ ਵੀਜ਼ਾ ਤੁਹਾਡਾ ਨਹੀਂ ਲੱਗਿਆ ਤਾਂ ਕਾਨੂੰਨ ਤੁਹਾਡੇ ਤੇ ਇੰਪਲੀਮੈਂਟ ਜ਼ਰੂਰ ਹੋਣਗੇ ਇਸ ਕਰਕੇ ਸਪਟੰਬਰ ਇਨਟੇਕ ਤੋਂ ਪਹਿਲਾਂ ਪਹਿਲਾਂ ਆਪ ਦੀ ਫਾਈਲ ਦਰਜ ਕਰ ਲਓ ਅੱਜ ਮਈ ਦੇ ਅਖੀਰ ਚ ਬੈਠੇ ਆਂ ਔਰ ਵੈਸੇ ਹੀ ਯੂਨੀਵਰਸਿਟੀ ਦੀ ਡੈਡਲਾਈਨ ਕਈਆਂ ਦੀ ਤਾਂ ਨਿਕਲ ਚੁੱਕੀ ਐ ਜੇ ਕੋਈ 2 4 5 ਯੂਨੀਵਰਸਿਟੀਆਂ ਬਚੀਆਂ ਵੀ ਆ ਜਿਵੇਂ ਬੈਡਫੋਰਡ ਸ਼ਾਇਰ ਯੂਨੀਵਰਸਿਟੀ ਗੱਲ ਕਰਾਂ ਤਾਂ ਆਈ ਥਿੰਕ ਫੀਸ ਦੀ ਡੈਡਲਾਈਨ ਉਹਦੀ 5 ਜੂਨ ਦੀ ਹੋ ਚੁੱਕੀ ਐ ਸੋ ਹੋਲੀ-ਹੋਲੀ ਕਰਕੇ ਸਾਰੇ ਯੂਨੀਵਰਸਿਟੀਆਂ ক্লোਜ਼ ਹੁੰਦੀਆਂ ਜਾ ਰਹੀਆਂ ਨੇ অপਸ਼ਨਸ ਘਟਦੀਆਂ ਜਾ ਰਹੀਆਂ ਨੇ ਤੁਹਾਡੇ ਲਈ ਸਮਾਂ ਖਤਮ ਹੁੰਦਾ ਜਾ ਰਿਹਾ ਜਨਕਿ ਸਮਾਂ ਥੋਂ ਰੇਤ ਵਾਂਗੂ ਨਿਕਲਦਾ ਜਾ ਰਿਹਾ ਸੋ ਥਿਸ ਇਜ਼ ਦਾ রাইਟ ਟਾਈਮ ਇੱਕ ਹੋਰ ਜਾਂਦੇ ਜਾਂਦੇ ਲਾਸਟ ਕਾਲ ਤੁਹਾਨੂੰ ਅਗਰ ਸਪਾਊਸ ਦੇ ਨਾਲ ਪੜਨ ਜਾਣਾ ਚਾਹੁੰਦੇ ਹੋ ਵਿਦਆਊਟ ਆਇਲਸ ਪੜਨ ਜਾਣਾ ਚਾਹੁੰਦੇ ਹੋ ਜਾਂ ਫਿਰ ਤਿੰਨ ਇਹੋ ਜਿਹੀ ਯੂਨੀਵਰਸਿਟੀਆਂ ਨੇ ਜਿਹੜੇ ਤੁਸੀਂ ਵਿਦਆਊਟ ਇੰਟਰਵਿਊ ਪੜਨ ਜਾਣਾ ਚਾਹੁੰਦੇ ਹੋ ਤਾਰਸ ਗੁਬਲਦੀ ਸਰਵਿਸ ਲਈ ਜਾ ਸਕਦੀ ਹੈ ਬਠਿੰਡਾ ਮੁਹਾਲੀ ਜਲੰਧਰ ਅਮਰਸਰ ਤੁਹਾਡੇ ਲਈ ਸਾਡੇ ਐਕਸਪਰਟ ਕਾਉਂਸਲਰਸ ਬੈਠੇ ਨੇ ਮੇਰੀ ਅਲਗ-ਅਲਗ ਦਿਨ ਵਿੱਚ ਉਹਨਾਂ ਦਫਤਰਾਂ 'ਚ ਵਿਜ਼ਿਟ ਹੁੰਦੀ ਹੈ ਮੇਰੇ ਨਾਲ ਅਪਾਇੰਟਮੈਂਟ ਲੈ ਕੇ ਮਿਲਿਆ ਜਾ ਸਕਦਾ ਹੈ ਤੋਂ ਯੂਕੇ ਸਪਟੰਬਰਿੰਗ ਟੇਕ ਨੂੰ ਟਾਰਗੇਟ ਕਰਨਾ ਚਾਹੁੰਦੇ ਹੋ ਡਲੇ ਨਾ ਕਰਿਓ ਤਾਂ ਕਿ ਮੁੜ ਕੇ ਬੈਠ ਕੇ ਪਛਤਾ ਕੇ ਹੱਥ ਦੀਆਂ ਲਕੀਰਾਂ ਨੂੰ ਕੋਸਣ ਦਾ ਕੋਈ ਫਾਇਦਾ ਨਹੀਂ ਕਿ ਮੇਰੀ ਤਕਦੀਰ 'ਚ ਲਿਖਿਆ ਨਹੀਂ ਮੇਰੀ ਤਕਦੀਰ ਹੀ ਮਾੜੀ ਹੈ ਤਕਰੀਕ ਮਾਰੀ ਨਹੀਂ ਹੁੰਦੀ ਲਕੀਰਾਂ ਜ਼ਰੂਰ ਬਣੀ ਹੁੰਦੀਆਂ ਤੁਹਾਨੂੰ ਨਹੀਂ ਪੜਨੀ ਆਉਂਦੀਆਂ ਸ਼ਾਇਦ ਤੁਹਾਨੂੰ ਡਿਸੀਜਨ ਲੈਣ ਚ ਡਿਲੇ ਕਰਨੀ ਹੁੰਦੀ ਹੈ ਅਗਰ ਅੱਜ ਸਹੀ ਸਮੇਂ ਤੇ ਡਿਸੀਜਨ ਲੈਂਦੇ ਹੋ ਇੱਕ ਚੰਗੇ ਪਰਿਵਿਖਲੇ ਪਾਸੇ ਤੁਰਿਆ ਜਾ ਸਕਦਾ ਇੱਕ ਨਵੀਂ ਅਪਡੇਟ ਲੈ ਕੇ ਤੁਹਾਡੇ ਰੂਬਰੂ ਫਿਰ ਹਾਜ਼ਰ ਹੋऊंगा ਤਦ ਤੱਕ ਜੁੰਦੇ ਵਾਸਤੇ ਰੱਬ ਰੱਖਾ ਸ਼ਸ਼ੀਕਰ